ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਿ ਸੰਗਤ ਜੀ, ਇਹ ਜ਼ਰੂਰੀ ਸੁਣਿਆ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ, ਧੰਨ ਬਾਬਾ ਦੀਪ ਸਿੰਘ ਜੀ ਤਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸੰਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ, ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ, ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ, ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੁਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ, ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤਾਂ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ, ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ, ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪ੍ਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ, ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ,
ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਆਏ ਮਹੀਨੇ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜ ਰਹੇ ਨੇ। ਜਿੰਨੀਆਂ ਸੰਗਤਾਂ, ਜਿੰਨੇ ਪਰਿਵਾਰਕ ਮੈਂਬਰ ਇੱਥੇ ਜਾਂ ਜਿੰਨੇ ਲਾਈਵ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ ਜੁੜੇ ਹੋ, ਸਭ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਸਭ ਤੋਂ ਪਹਿਲਾਂ ਮੈਂ ਮੱਥਾ ਟੇਕ ਰਿਹਾ। ਮੇਰਾ ਟਿਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਯੂਟਿਊਬ ਦਾ ਲਿੰਕ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤ ਜੁੜ ਸਕੇ। ਜਿਨ੍ਹਾਂ ਨੇ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਕਰ ਲਓ। ਇੱਕ ਦੋ ਜ਼ਰੂਰੀ ਬੇਨਤੀਆਂ ਕਰਕੇ ਆਪਾਂ ਸ਼ਬਦ ਪੜ੍ਹਾਂਗੇ, ਕਿਉਂਕਿ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ। 3:10 'ਤੇ ਮੈਂ ਠੀਕ ਆਨੰਦ ਸਾਹਿਬ ਪੜ੍ਹ ਦੇਣਾ, ਥੋੜ੍ਹੇ ਜਿਹੇ ਮਿੰਟ ਬਸ, ਕਿਉਂਕਿ ਤੁਹਾਨੂੰ ਬਾਅਦ ਵਿੱਚ ਘਰਾਂ 'ਚ ਜਾਣ ਲੱਗਿਆਂ ਦਿੱਕਤ ਨਾ ਹੋਵੇ। ਔਰ ਜਦੋਂ ਮੈਂ ਤੁਹਾਡੇ ਦਰਸ਼ਨ ਕਰ ਰਿਹਾ, ਮੇਰਾ ਮਨ ਪਿਆਰ ਦੇ ਵਿੱਚ ਭਰ ਰਿਹਾ ਕਿ ਤੁਸੀਂ ਏਡੇ ਪਿਆਰ 'ਚ ਹਰ ਮਹੀਨੇ ਪਹੁੰਚਦੇ ਹੋ ਕਿ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਬਾਪੂ ਦੀਆਂ ਸੀਸਾਂ ਲੈਣ ਆਏ ਹੋ। ਠੰਡ ਦੀ ਤੁਸੀਂ ਪਰਵਾਹ ਨਹੀਂ ਕੀਤੀ, ਉਹਨਾਂ ਦੀ ਕਿਰਪਾ ਦੇ ਨਾਲ ਇਹ ਬਚਨ ਬੋਲਦੇ ਹਾਂ, ਤੁਸੀਂ ਠੰਡ ਦੀ ਪਰਵਾਹ ਨਹੀਂ ਕੀਤੀ, ਇੱਥੇ ਬਾਪੂ ਦੀਆਂ ਖੁਸ਼ੀਆਂ ਲੈਣ ਆਏ ਹੋ, ਅਤੇ ਬਾਪੂ ਦੀਪ ਸਿੰਘ ਤੁਹਾਡੇ ਔਗਣਾਂ ਦੀ ਪਰਵਾਹ ਨਹੀਂ ਕਰਨਗੇ ਕਿ ਇਹ ਕਿੰਨੇ ਔਗਣਾਂ ਦਾ ਭਰਿਆ ਪਿਆ, ਕਿੰਨਾ ਇਹ ਮਾੜੇ ਕੰਮ ਕਰਨ ਵਾਲਾ, ਇਹ ਕਿੰਨੀਆਂ ਜੋ ਗਲਤ ਹਰਕਤਾਂ ਕਰਨ ਵਾਲਾ। ਤੁਸੀਂ ਠੰਡ ਦੀ ਪਰਵਾਹ ਨਹੀਂ ਕੀਤੀ, ਅੱਜ ਬਾਬਾ ਦੀਪ ਸਿੰਘ ਜੀ ਤੁਹਾਡੇ ਔਗਣਾਂ ਨੂੰ ਇਗਨੋਰ ਕਰਕੇ, ਉਹਨਾਂ ਦੀ ਪਰਵਾਹ ਨਾ ਕੀਤੇ ਹੋਏ ਬਿਨਾਂ ਇੱਕ ਇੱਕ ਦੀ ਅੱਜ ਝੋਲੀ ਨਹੀਂ ਭਰਨਗੇ। ਮੈਨੂੰ ਵਿਸ਼ਵਾਸ, ਇੱਕ ਇੱਕ ਨੂੰ ਅੱਜ ਹਜ਼ਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਤੋਰਨਗੇ। ਤੁਹਾਡੇ ਸਾਰਿਆਂ ਦੇ ਚਰਨਾਂ ਦੇ ਉੱਤੇ ਫਿਰ ਤੋਂ ਮੈਂ ਮੱਥਾ ਟੇਕ ਰਿਹਾ ਜੀ। ਵਾਹਿਗੁਰੂ ਸਿਮਰਨ ਮੈਂ ਕਰਨਾ ਸੀ ਪਰ ਹੁਣ ਸਮੇਂ ਨੂੰ ਬਚਾ ਰਹੇ, ਬਸ ਦੋ ਕੁ ਬੇਨਤੀਆਂ ਕਰਕੇ ਆਪਾਂ ਸ਼ਬਦ ਪੜ੍ਹਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਮਨ ਨੂੰ ਕਹਿਣਾ ਅੱਜ, ਹੇ ਜੀਵ, ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦਾ ਨਾਮ ਗਾਉਂਦਾ ਚੱਲ। ਹੇ ਜੀਵ, ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਨਾਮ ਗਾਉਂਦਾ ਚੱਲ, ਆਪਣੀ ਮੁਕਤੀ ਦਾ ਰਾਹ ਬਣਾਉਂਦਾ ਚੱਲ। ਜਦੋਂ ਵੀ ਸਮਾਂ ਮਿਲੇ ਪਿਆਰਿਓ, ਉੱਠਦਿਆਂ ਬਹਿੰਦਿਆਂ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਂਦਿਆਂ ਜਾਂਦਿਆਂ,
ਹਰ ਵੇਲੇ ਕਿਹਾ ਕਰੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੱਚਾਈ ਇਸ ਨਾਮ ਨੇ ਬੜੀਆਂ ਬਰਕਤਾਂ ਪਾਈਆਂ ਤੇ ਬੜੀਆਂ ਬਰਕਤਾਂ ਪਾਉਣੀਆਂ ਜੀ। ਆਉਂਦਿਆਂ ਜਾਂਦਿਆਂ ਕਿਹਾ ਕਰੋ ਪਿਆਰ ਵਿੱਚ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀਆਂ ਬਰਕਤਾਂ ਪਈਆਂ, ਇੱਕ ਇੱਕ ਨੂੰ ਜੇ ਮੈਂ ਖਿਲਾਰਨਾ ਸ਼ੁਰੂ ਕਰਾਂ, ਹੁਣੇ ਮੈਨੂੰ ਅੰਦਰ ਤਿੰਨ ਚਾਰ ਪਰਿਵਾਰ ਮਿਲੇ ਨੇ ਗੁਰੂ ਜੀ ਦੀ ਕਿਰਪਾ ਦੇ ਨਾਲ। ਇੱਕ ਭੈਣ ਬੈਠਾ ਮੇਰਾ ਖਿਆਲ ਪਰਿਵਾਰ ਕਿ ਚਲਾ ਗਿਆ, ਵੈਸੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਰਦਾਸ ਤੋਂ ਬਾਅਦ ਜਾਇਓ। ਕਹਿੰਦੇ ਗਰੀਸ ਮੇਰਾ ਘਰ ਵਾਲਾ ਚਲਾ ਗਿਆ, 10-12 ਸਾਲ ਧੱਕੇ ਖਾਧੇ ਨੇ, ਕਦੀ ਕਿੱਧਰ ਗਏ ਕਦੀ ਕਿੱਧਰ ਗਏ, ਝੋਲੀਆਂ ਨਹੀਂ ਭਰੀਆਂ। ਕਹਿੰਦੇ ਇੱਥੇ ਮੇਰੀ ਸੱਸ ਮਾਂ ਨੇ ਮੈਨੂੰ ਜੋੜਿਆ, ਤੂੰ ਇੱਕ ਵਾਰੀ ਰਾਮ ਤੀਰਥ ਰੋਡ ਜਾ ਕੇ ਬਾਬਾ ਦੀਪ ਸਿੰਘ ਜੀ ਦਾ ਘਰ ਚੁਪਹਿਰੇ ਭਰ ਉੱਥੇ ਜਾ ਕੇ। ਤੇ ਕਹਿੰਦੀ ਕਿਰਪਾ ਦਾ ਖਾਤਾ ਬਾਬਾ ਦੀਪ ਸਿੰਘ ਜੀ ਨੇ ਖੋਲਿਆ, ਮੇਰਾ ਘਰ ਵਾਲਾ ਉੱਥੇ ਸੈੱਟ ਹੋ ਗਿਆ। ਖੋ ਧੰਨ ਅੱਖ ਖੜੀ ਭੈਣ ਹੋ ਗਈ ਆਪੇ। ਪਹਿਲੀ ਸੈਲਰੀ ਵੀ ਕਹਿੰਦੇ ਉਹਨਾਂ ਨੇ ਭੇਜੀ ਹੈ ਜਿੰਨਾ ਕੁ ਉੱਥੇ ਕੰਮ ਕੀਤਾ। ਕਹਿੰਦੀ ਪਹਿਲੀ ਸੈਲਰੀ ਵੀ ਇਹ ਇਸ ਜੋ ਅਸਥਾਨ ਦੇ ਉੱਤੇ ਜਿੰਨੀਆਂ ਸੇਵਾਵਾਂ ਚੱਲ ਰਹੀਆਂ ਉਹਨਾਂ ਦੇ ਲਈ। ਤੇ ਅਗਾਂਹ ਵੀ ਕਹਿੰਦੇ ਬਾਬਾ ਬਰਕਤਾਂ ਪਾਵੇ ਤੇ ਹਰ ਮਹੀਨੇ ਉਹ ਕਹਿੰਦੇ ਸੇਵਾ ਭੇਜਿਆ ਕਰਾਂਗੇ। ਬਾਬਾ ਮੈਂ ਬਹਿ ਜਾ ਭੈਣ ਬਹਿ ਜਾ। ਇਹ ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤ ਰਹੇ ਨੇ, ਇਹ ਮੈਂ ਇੱਥੇ ਸ਼ਬਦਾਂ ਰਾਹੀਂ ਬੋਲ ਕੇ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਹੁਣੇ ਮੈਨੂੰ ਫੋਨ ਆਇਆ, ਇਹ ਸਿੰਘ ਸੁਣਦੇ ਨੇ ਫੋਨ, ਸਭ ਨੂੰ ਪਤਾ ਹੈ। ਤੇ ਇੱਕ ਪ੍ਰੇਮੀ ਕਿੰਨੇ ਦਿਨਾਂ ਤੋਂ ਪਟਿਆਲੇ ਤੋਂ ਚੱਲਿਆ ਸਾਈਕਲ ਤੇ, ਪਟਿਆਲੇ ਤੋਂ ਉਹ ਸ਼ਾਇਦ ਇੱਥੇ ਪਹੁੰਚਣ ਵਾਲਾ ਹੈ, ਪਹੁੰਚ ਗਿਆ ਤੇ ਉਹ ਸੰਗਤ ਦੇ ਰੂਬਰੂ ਕਰਾਵਾਂਗੇ। ਕਹਿੰਦੇ ਜਦੋਂ ਦਾ 3-4 ਕੀਰਤਨ ਸ਼ੁਰੂ ਕੀਤਾ ਸੁਣਨਾ, ਕਹਿੰਦੇ ਜੀਵਨ ਵਿੱਚ ਏਡੀ ਤਬਦੀਲੀ ਆ ਗਈ। ਕਹਿੰਦਾ ਮੈਂ ਮਨ ਵਿੱਚ ਬਸ ਇਹੀ ਰੱਖਿਆ ਸੀ ਸਾਈਕਲ ਤੇ ਜਾਣਾ, ਉਹ ਮੈਨੂੰ ਮਾਣ ਦੇ ਰਿਹਾ ਸੀ ਕਿ ਉਹਨਾਂ ਨੂੰ ਮਿਲਣ ਦਰਸ਼ਨ ਕਰਨ। ਮੈਂ ਕਿਹਾ ਦਰਸ਼ਨ ਸਾਡੇ ਨਹੀਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਕਰਨੇ। ਉਹ ਸਾਈਕਲ ਤੇ ਚੱਲਿਆ ਪਟਿਆਲੇ ਬਾਪੂ ਜੀ ਦੀ ਮਿਹਰ ਦੇ ਨਾਲ, ਤੇ ਉਹਨੂੰ ਕਿਤੇ ਸਾਡੇ ਘਰ ਦਾ ਕਿਸੇ ਨੇ ਐਡਰੈਸ ਦੇ ਤਾ, ਉਹ ਘਰ ਚਲਿਆ ਗਿਆ। ਮੈਂ ਕਿਹਾ ਉੱਧਰ ਨਹੀਂ, ਤੁਸੀਂ ਇੱਧਰ ਆ ਜਾਓ, ਮੇਰੇ ਖਿਆਲ ਉਹ ਵੀ ਪਹੁੰਚਣ ਵਾਲਾ। ਵੇਖੋ ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਕਿਨੂੰ ਕਿਨੂੰ ਕਿਵੇਂ ਕਿਵੇਂ ਪ੍ਰੇਰਨਾ ਕਰ ਰਹੇ ਨੇ, ਇਹ ਤੇ ਉਹ ਜਾਣਦੇ ਨੇ। ਮੈਂ ਗੱਲ ਕਰ ਰਿਹਾ ਸੀ, ਇਸ ਨਾਮ ਨੇ ਬੜਾ ਕੁਝ ਦਿੱਤਾ ਜੇ, ਬੜਾ ਕੁਝ ਦੇਣਾ ਜੇ, ਜੋ ਮਰਜ਼ੀ ਹੋ ਜੇ ਇਹ ਨਾਮ ਲੈਣਾ ਹੀ ਨਹੀਂ ਛੱਡਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਸੀਂ ਸਾਹਿਬਜ਼ਾਦਿਆਂ ਦਾ ਦਿਨ ਮਨਾ ਰਹੇ ਹਾਂ ਨਾ, ਆਹੀ ਕਿਹਾ ਜਾਂਦਾ ਸੀ ਨਾ ਕਿ ਆਪਣਾ ਧਰਮ ਛੱਡ ਦਿਓ, ਗੱਲ ਤੇ ਹੋਈ ਸੀ ਨਾ, ਆਪਣਾ ਧਰਮ ਛੱਡੋ, ਤੁਸੀਂ ਸਾਡਾ ਧਰਮ ਕਬੂਲ ਕਰ ਲਓ। ਹਰ ਧਰਮ ਦਾ ਸਤਿਕਾਰ ਕਰਦੇ ਨੇ ਸਾਹਿਬਜ਼ਾਦੇ, ਗੁਰੂ ਸਾਹਿਬ ਨੇ ਹਰ ਧਰਮ ਦਾ ਸਤਿਕਾਰ ਕਰਨਾ ਸਿਖਾਇਆ, ਪਰ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਸਿਖਾਇਆ, ਜ਼ੁਲਮ ਦੇ ਅੱਗੇ ਝੁਕਣਾ ਨਹੀਂ। ਸਾਹਿਬਜ਼ਾਦਿਆਂ ਨੂੰ ਜ਼ੋਰ ਤੇ ਹੋਈ ਪਾਇਆ ਜਾਂਦਾ ਸੀ ਨਾ, ਪਰ ਪਿਆਰੇ ਉਹ ਕਹਿੰਦੇ ਜੋ ਮਰਜ਼ੀ ਕਰ ਲੈ, ਅਸੀਂ ਆਪਣਾ ਧਰਮ ਨਹੀਂ ਛੱਡਣਾ। ਅਸੀਂ ਪਿਆਰੇ ਉਹ ਨਿੱਕੀ ਜਿਹੀ ਸਾਡੀ ਕਈ ਵਾਰੀ ਮਨੋਕਾਮਨਾ ਪੂਰੀ ਨਾ ਹੋਵੇ ਤੇ ਬਾਪੂ ਦਾ ਬੂਹਾ ਛੱਡ ਕੇ ਦੂਜਿਆਂ ਦਾ ਬੂਹਾ ਖੜਕਾਉਣ ਲੱਗ ਪੈਂਦੇ। ਵਿਸ਼ਵਾਸ ਪੱਕਾ ਰੱਖੋ, ਪੱਕਾ ਪੱਕਾ ਰੱਖੋ, ਜੇ ਦੂਜਿਆਂ ਨਾਲ ਵਰਤ ਸਕਦਾ ਤੇ ਮੇਰੇ ਨਾਲ ਕਿਉਂ ਨਹੀਂ ਵਰਤ ਸਕਦਾ, ਹੈਂਜੀ, ਜੇ ਦੂਜਿਆਂ ਦੇ ਉੱਤੇ ਕਿਰਪਾ ਕਰ ਸਕਦਾ ਮੇਰੇ ਉੱਤੇ ਕਿਉਂ ਨਹੀਂ ਕਰ ਸਕਦਾ, ਹੈਂਜੀ, ਮੈਂ ਵੀ ਤੇ ਉਹਦਾ ਪੁੱਤਰ ਹੀ ਆ ਨਾ, ਮੈਂ ਵੀ ਤੇ ਉਹਦੀ ਧੀ ਆ, ਭਾਵੇਂ ਨਲਾਇਕ ਆ, ਚੰਗਾ ਵਾ ਮੰਦਾ, ਜੇ ਚੰਗੇ ਨੂੰ ਕਬੂਲਿਆ ਤੇ ਕੀ ਕਬੂਲਿਆ, ਹੈਂਜੀ, ਜੇ ਚੰਗੇ ਨੂੰ ਕਬੂਲਿਆ ਤੇ ਕੀ ਕਬੂਲਿਆ, ਉਹ ਤੇ ਸਾਰੇ ਕਬੂਲ ਲੈਂਦੇ ਨੇ, ਪਰ ਮੇਰਾ ਗੁਰੂ ਰਾਮਦਾਸ ਏਡਾ ਵੱਡਾ ਜਿਹੜਾ ਮਾੜਿਆਂ ਨੂੰ ਵੀ ਕਬੂਲ ਕਰ ਲੈਂਦਾ ਹੈ।
ਸੋਨਿਹਾਲ ਸ੍ਰੀ ਅਕਾਲ। ਗੁਣਾ ਵੱਲ ਵੇਖ ਕੇ ਤਰਸ ਆਇਆ ਤੇ ਕੀ ਆਇਆ, ਇਹ ਕੀਰਤਨ ਕਰਦਾ, ਕਥਾ ਕਰਦਾ, ਇਹ ਅੰਮ੍ਰਿਤ ਵੇਲੇ ਉੱਠਦਾ, ਇਹ ਤੇ ਬਾਣੀ ਬੜੀ ਪੜਦਾ, ਗੁਣਾ ਵੱਲ ਵੇਖ ਕੇ ਵੀ ਤੂੰ ਰੀਝਦਾ, ਪਰ ਮੇਰਾ ਬਾਪੂ ਏਡਾ ਵੱਡਾ ਗੁਣਾ ਤੇ ਵੀ ਰੀਝਦਾ, ਪਰ ਮੌਜ ਵਿੱਚ ਆ ਜਾਵੇ ਔਗਣਾ ਤੇ ਵੀ ਰੀਝ ਪੈਂਦਾ, ਔਗਣਾ ਤੇ ਵੀ, ਔਗਣਾ ਤੇ ਵੀ, ਪਾਪੀਆਂ ਤੇ ਵੀ ਰੀਝ ਪੈਂਦਾ। ਇਹ ਤੇ ਰੀਝਣ ਦੀ ਗੱਲ ਹੈ। ਮੈਂ ਕਈ ਵਾਰੀ ਬੇਨਤੀ ਜਿਵੇਂ ਕਰਦਾ ਨਾ ਬਾਪੂ ਨੂੰ, ਕਿਹਾ ਕਰੋ ਬਾਪੂ ਕਬੂਲ ਕਰ ਲੈ ਮੈਨੂੰ, ਜਿਵੇਂ ਮਰਜ਼ੀ ਕਰ ਲੈ, ਜਿਵੇਂ ਮਰਜ਼ੀ ਪਾਪ ਕਰਾ ਕੇ ਕਬੂਲ ਕਰਨਾ ਹੀ ਤਾਂ ਕਰ ਲੈ, ਪੁੰਨ ਕਰਾ ਕੇ ਕਬੂਲ ਕਰਨਾ ਹੀ ਤਾਂ ਕਰ ਲੈ, ਕੀਰਤਨ ਕਰਾ ਕੇ ਕਰਨਾ ਹੀ ਤਾਂ ਕਰ ਲੈ, ਜਿਵੇਂ ਤੂੰ ਮੈਨੂੰ ਕਬੂਲ ਕਰਨਾ ਨਾ ਬਸ ਕਰ ਲੈ। ਕਬੂਲ ਜਿਹੜਾ ਤੇਰੀਆਂ ਨਜ਼ਰਾਂ ਵਿੱਚ ਹੋ ਜਾਂਦਾ ਨਾ, ਕੀਮਤ ਤੇ ਉਹਦੀ ਪੈਂਦੀ ਹੈ। ਫਿਰ ਉਹ ਔਗਣਿਆਰ ਹੈ, ਉਹ ਪੁੰਨਾ ਵਾਲਾ, ਉਹ ਅਮੀਰ ਹੈ, ਉਹ ਗਰੀਬ ਹੈ, ਉਹ ਪਾਪੀ ਹੈ, ਉਹ ਪੁੰਨੀ ਹੈ, ਉਹ ਸੱਜਣ ਠੱਗੇ ਕਿ ਸੱਜਣ ਸੰਤ, ਉਹ ਕੌਡਾ ਰਾਕਸ਼ ਹੈ ਕਿ ਕੌਡਾ ਮਨੁੱਖਾ ਬਿਰਤੀ ਵਾਲਾ, ਉਹ ਭੂਮੀਆਂ ਚੋਰ ਹੈ ਕਿ ਭੂਮੀਆਂ ਸੰਤ। ਇਹ ਫਿਰ ਕੋਈ ਮੈਨੇ ਨਹੀਂ ਰੱਖਦੀਆਂ ਗੱਲਾਂ, ਬਸ ਤੂੰ ਕਬੂਲ ਲੈ ਮੈਨੂੰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਣਵਾਨਾਂ ਨੂੰ ਤੇ ਸਾਰੀ ਦੁਨੀਆ ਗਲਵਕੜੀ ਚ ਲੈਣ ਨੂੰ ਫਿਰਦੀ ਏ। ਬਾਪੂ ਮੈਂ ਤੇ ਤੇਰੀ ਸ਼ਰਨ ਵਿੱਚ ਤਾਂ ਆਉਣਾ, ਮੈਨੂੰ ਇੱਕ ਚੀਜ਼ ਦਾ ਗਿਆਨ ਹੋ ਗਿਆ, ਤੂੰ ਤੇ ਔਗਣਿਆਰਿਆਂ ਨੂੰ ਵੀ ਕਬੂਲ ਕਰ ਲੈਣਾ। ਮੇਰੀ ਬੇਨਤੀ ਹੈ, ਐਵੇਂ ਆਪਣੇ ਬਾਪੂ ਦਾ ਦਰ ਛੱਡ ਕੇ ਭਟਕੋ ਨਾ। ਸਾਹਿਬਜ਼ਾਦਿਆਂ ਦਾ ਜੀਵਨ ਅੱਜ ਸਾਨੂੰ ਆਹ ਸਿਖਾ ਰਿਹਾ ਹੈ, ਸ਼ਹੀਦੀ ਸਾਨੂੰ ਆਹ ਸਿਖਾ ਰਹੀ ਹੈ। ਅਸੀਂ ਮਨਾਉਂਦੇ ਹਾਂ ਸਾਹਿਬਜ਼ਾਦਿਆਂ ਦਾ ਦਿਨ, ਕਦੀ ਪੈਰਾਂ ਦੇ ਵਿੱਚ ਪਿਆਰੇ ਹੋ ਕਾਲੇ ਧਾਗੇ ਬੰਨ ਲੈਂਦੇ ਹਾਂ ਜੀ, ਆ ਤਾਂ ਕਰਕੇ ਬੰਨੇ ਆ ਨਜ਼ਰ ਨਾ ਲੱਗੇ ਜਾਂ ਮੇਰਾ ਕੰਮ ਚੱਲ ਪਵੇ ਜਾਂ ਫਲਾਣੀ ਪ੍ਰੋਬਲਮ ਮੇਰੀ ਹੱਲ ਹੋ ਜਾਏ। ਆ ਚੀਜ਼ਾਂ ਨੇ ਕੱਖ ਨਹੀਂ ਜੇ ਕਰਨਾ, ਕੱਖ ਨਹੀਂ ਜੇ ਕਰਨਾ। ਮੈਂ ਫਲਾਣੀ ਨਗਾਹ ਵਾਲੀ ਮੁੰਦਰੀ ਪਾਲੀ, ਮੇਰੇ ਘਰ ਦੇ ਵਿੱਚ ਬਰਕਤ ਆ ਜੇ, ਕਲੇਸ਼ ਦੂਰ ਹੋ, ਆ ਚੀਜ਼ਾਂ ਨੇ ਥੋੜੀ ਕੁਝ ਕਰਨਾ। ਜੇ ਕਰਨਾ ਭਲਾ, ਪਤਾ ਕਿੰਨੇ ਕਰਨਾ, ਜਦੋਂ ਤੁਸੀਂ ਪਿਆਰ ਨਾਲ ਕਹੋਗੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਬਸ ਆਹ ਚੀਜ਼ ਆਪਣੇ ਅੰਦਰੋਂ ਛੱਡਣੀ ਨੀ, ਜੋ ਮਰਜ਼ੀ ਹੋ ਜਾਏ, ਜੋ ਮਰਜ਼ੀ। ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਬਣੇਗੀ ਜੀਵਨ ਦੇ ਵਿੱਚ, ਮਨ ਕਹੇਗਾ ਛੱਡ, ਕੀ ਮਿਲਿਆ ਹੁਣ ਤੱਕ। ਉਹ ਕਈ ਵਾਰੀ ਬਾਪੂ ਇਮਤਿਹਾਨ ਲੈਂਦਾ ਹੁੰਦਾ ਹੈ, ਪਾਣੀ ਜਦੋਂ ਵਗਦਾ ਨਾ, ਰਾਹ ਵਿੱਚ ਪੱਥਰ ਆ ਜਾਂਦੇ ਨੇ, ਤੇ ਪੱਥਰਾਂ ਵੱਲ ਵੇਖ ਕੇ ਪਾਣੀ ਆਪਣੀ ਸਪੀਡ ਘਟਾਉਂਦਾ ਨਹੀਂ, ਜ਼ੋਰ ਦੀ ਪੱਥਰਾਂ ਨਾਲ ਟਕਰਾਉਂਦਾ ਤੇ ਅੱਗੇ ਦੁੱਗਣੀ ਸਪੀਡ ਨਾਲ ਅੱਗੇ ਵੱਧਦਾ। ਆ ਜਾਓ ਜਿੰਨੇ ਪੱਥਰ ਪਾਉਣੇ ਜੇ ਪਾਲੋ, ਜਿੰਨੇ ਆਉਣੇ ਰੁਕਾਵਟਾਂ ਪਾਲੋ, ਉਹ ਰੁਕਾਵਟਾਂ ਵੱਡੀਆਂ ਨਹੀਂ, ਉਹ ਰੁਕਾਵਟਾਂ ਤੋਂ ਲੰਘਾਉਣ ਵਾਲਾ ਬਾਪੂ ਵੱਡਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਵੱਡਾ ਮੇਰਾ ਗੁਰੂ ਰਾਮਦਾਸ, ਵੱਡਾ ਮੇਰਾ ਬਾਬਾ ਦੀਪ ਸਿੰਘ, ਜਿਹੜਾ ਰੁਕਾਵਟਾਂ ਤੋਂ ਮੈਨੂੰ ਪਾਰ ਲੰਘਾ ਦਿੰਦਾ। ਤੇ ਜਿੰਨੀ ਸਪੀਡ ਨਾਲ ਲੋਕੀ ਰੁਕਾਵਟਾਂ ਪਾਉਂਦੇ ਨੇ, ਬਾਬਾ ਉਹ ਤੋਂ 10 ਗੁਣਾ ਵਧਾ ਕੇ ਮੈਨੂੰ ਗਾਂ ਵਧਾ ਦਿੰਦਾ। ਵੱਡਾ ਤੇ ਫਿਰ ਉਹ ਹੋਇਆ ਨਾ। ਇਹ ਮੇਰੀ ਬੇਨਤੀ ਹੈ, ਜੋ ਮਰਜ਼ੀ ਹੋ ਜੇ, ਮਰਦੇ ਮਰਜੋ, ਅੱਜ ਸਾਹਿਬਜ਼ਾਦਿਆਂ ਦੇ ਜੀਵਨ ਦੇ ਵਿੱਚੋਂ ਆਹ ਸਿੱਖ ਕੇ ਜਾਇਓ, ਇਹ ਸੀਸ ਗੁਰੂ ਸਮਝ ਕੇ ਝੁਕੇਗਾ ਤੇ ਬਾਪੂ ਤੇਰੇ ਅੱਗੇ ਝੁਕੇਗਾ, ਗੁਰੂ ਸਮਝ ਕੇ। ਹਾਂ, ਮਹਾਂਪੁਰਖਾਂ ਦਾ ਮੈਂ ਸਤਿਕਾਰ ਕਰਨਾ, ਕਰਨੀ ਵਾਲਿਆਂ ਦਾ ਸਤਿਕਾਰ ਕਰਨਾ, ਉਹਨਾਂ ਦੇ ਬਚਨਾਂ ਦੇ ਲਈ ਜਾਨਾਂ ਵੀ ਵਾਰਨੀਆਂ ਪੈ ਜਾਣ ਉਹ ਵੀ ਵਾਰ ਦਿਆਂਗੇ, ਪਰ ਗੁਰੂ ਤੇ ਗੁਰੂ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਹੇ ਜੀਵ, ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਨਾਮ ਗਾਉਂਦਾ ਚੱਲ,
ਆਪਣੀ ਮੁਕਤੀ ਦਾ ਰਾਹ ਬਣਾਉਂਦਾ ਚੱਲ। ਦੁੱਖ ਵਿੱਚ ਤੜਪਣਾ, ਸੁੱਖ ਵਿੱਚ ਫੁੱਲਣਾ। ਦੁੱਖ ਵਿੱਚ ਐਵੇਂ ਤੜਫਣਾ, ਥੋੜੀ ਬਹੁਤੀ ਪ੍ਰੋਬਲਮ ਆ ਗਈ ਹੈ ਨਾ, ਘਬਰਾ ਨਾ, ਘਬਰਾ ਨਾ। ਦੁੱਖ ਵਿੱਚ ਤੜਫਣਾ, ਸੁੱਖ ਵਿੱਚ ਫੁੱਲਣਾ। ਪ੍ਰਾਣ ਜਾਣ ਪਰ ਉਹਦਾ ਨਾਮ ਭੁੱਲਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪ੍ਰਾਣ ਚਲੇ ਜਾਣ ਪਰ ਇਹ ਕਹਿਣਾ ਨਹੀਂ ਛੱਡਣਾ, ਆਪਾਂ ਜੋ ਮਰਜ਼ੀ ਹੋ ਜਾਏ। ਦੇਖਿਓ ਐ ਮੁੱਠਾਂ ਖੁੱਲੀਆਂ ਤੇ ਖੁੱਲਦੀਆਂ ਜਾਣੀਆਂ ਨੇ, ਖੁੱਲਦੀਆਂ ਜਾਣੀਆਂ ਨੇ, ਕਿਰਪਾ ਵਰਤਦੀ ਜਾਣੀ ਹੈ, ਵਰਤਦੀ ਜੀ। ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਪ੍ਰਾਣ ਜਾਣ ਪਰ ਨਾਮ ਉਹਦਾ ਭੁੱਲਣਾ, ਖੰਡੇ ਵਾਲੇ ਨੂੰ ਮਨ ਚ ਰਜਾਂਦਾ ਚੱਲ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ ਨਾਮ ਗਾਉਂਦਾ ਚੱਲ, ਬਸ ਹਰ ਵੇਲੇ ਆਹੀ ਕਹਿਣਾ ਹੈ। ਬਾਹਾਂ ਮਾਰਦੇ ਇੱਥੇ ਵੀ ਸੁਖੀ ਵਸੋਗੇ, ਤੇ ਪਿਆਰੇ ਉਹ ਪਰਲੋਕ ਵਿੱਚ ਵੀ ਜਦੋਂ ਜਾਓਗੇ ਨਾ, ਬਾਹਾਂ ਮਾਰਦੇ ਜਾਓਗੇ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ, ਮਰਨ ਤੋਂ ਬਾਅਦ ਮੁਕਤੀ, ਪਰਲੋਕ, ਇਹ ਗੱਲਾਂ ਕਰਦੇ ਹਾਂ ਆਪਾਂ। ਮੈਂ ਵੀ ਗੱਲਾਂ ਕਰਦਾ ਹੈਂਜੀ, ਬਾਣੀ ਨੇ ਮੰਨਿਆ ਵੀ ਹੈ, ਪਰ ਅਸੀਂ ਸੱਚੀ ਗੱਲ ਉਹ ਚੀਜ਼ ਵੇਖੀ ਥੋੜ੍ਹੀ ਹੈ, ਕਿਸੇ ਨੇ ਵੇਖੀ ਥੋੜ੍ਹੀ ਹੈ ਪਰਲੋਕ ਵਿੱਚ ਕੀ ਹੁੰਦਾ, ਕਿੱਦਾਂ ਹੁੰਦਾ। ਪਰ ਬਾਣੀ ਨੇ ਕਿਹਾ ਇਹਦਾ ਮਤਲਬ ਹੁੰਦਾ, ਪਰ ਅਸੀਂ ਵੇਖਿਆ ਨਹੀਂ। ਪਰ ਮੈਂ ਜਿਉਂਦਿਆਂ ਜੀ ਮੁਕਤੀ ਵੇਖੀ ਹੈ, ਜਿਉਂਦਿਆਂ ਜੀ ਮੁਕਤੀ। ਸਤਿਗੁਰ ਬੰਦੀ ਛੋੜ ਕੇ ਜੀਵਨ ਮੁਕਤ ਕਰੇ ਉਡੀਣਾ, ਜਿਉਂਦਿਆਂ ਜੀ ਉਹ ਮੁਕਤੀ ਦੇ ਦਿੰਦਾ ਹੈ। ਜਿਉਂਦਿਆਂ ਜੀ ਮੁਕਤੀ ਕੀ, ਬ੍ਰਹਮ ਗਿਆਨ ਦੀ ਦਾਤ ਮਿਲ ਗਈ। ਜਿਉਂਦਿਆਂ ਜੀ ਮੁਕਤੀ ਕੀ, ਵੈਰ ਵਿਰੋਧ ਅੰਦਰੋਂ ਨਿਕਲ ਗਿਆ। ਜਿਉਂਦਿਆਂ ਜੀ ਮੁਕਤੀ ਕੀ, ਨਿਰਵੈਰਤਾ ਆ ਗਈ। ਜਿਉਂਦਿਆਂ ਜੀ ਮੁਕਤੀ ਕੀ ਹੈ, ਹਰ ਵੇਲੇ ਉਹਦਾ ਨਾਮ ਅੰਦਰ ਚੱਲਣ ਲੱਗ ਪਿਆ। ਜਿਉਂਦਿਆਂ ਜੀ ਮੁਕਤੀ ਕੀ, ਇੱਕ ਜਗ੍ਹਾ ਤੋਂ ਜਦੋਂ ਬੰਦਾ ਦੂਜੀ ਜਗ੍ਹਾ ਜਾਂਦਾ, ਉਹਨੂੰ ਮਹਿਸੂਸ ਹੁੰਦਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਮੇਰੇ ਨਾਲ ਚੱਲ ਰਹੇ ਨੇ। ਜਿਉਂਦਿਆਂ ਜੀ ਮੁਕਤੀ, ਹਰ ਵੇਲੇ ਉਹਦੇ ਵੱਲ ਧਿਆਨ ਲੱਗਿਆ। ਮੈਂ ਦੁਕਾਨ ਤੇ ਬੈਠਾ ਤਾਂ ਵੀ ਉਹਦੇ ਵੱਲ ਧਿਆਨ ਲੱਗਿਆ। ਮੈਂ ਬੱਚਿਆਂ 'ਚ ਬੈਠਾ, ਘਰਵਾਲੀ 'ਚ ਬੈਠਾ, ਮੈਂ ਸੰਗਤ ਵਿੱਚ ਬੈਠਾ, ਮੈਂ ਜਿੱਥੇ ਵੀ ਬੈਠਾ ਵਾਂ, ਮੇਰਾ ਧਿਆਨ ਹੁਣ ਉਹਦੇ ਚਰਨਾਂ ਦੇ ਨਾਲ ਜੁੜਿਆ ਪਿਆ। ਜਿਉਂਦਿਆਂ ਜੀ ਮੁਕਤੀ ਹੈ, ਜਿਉਂਦਿਆਂ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਸ ਇਹ ਨਾਮ ਗਾਉਂਦੇ ਚੱਲੋ ਤੇ ਮੁਕਤੀ ਦਾ ਰਾਹ ਬਣਾਉਂਦੇ ਚੱਲੋ, ਇਹ ਨਹੀਂ ਆਪਾਂ ਛੱਡਣਾ। ਮੈਂ ਕਿੰਨੇ ਬੱਚੇ ਤੁਹਾਨੂੰ ਦਿਖਾ ਸਕਦਾ, ਹੁਣ ਵੀ ਬੱਚੀਆਂ ਮੈਨੂੰ ਮਿਲੀਆਂ ਜੀ, ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਸਾਡਾ ਜੋ ਵੀਜ਼ਾ ਲੱਗਿਆ, ਇੱਥੇ ਕਈ ਬੈਠੇ ਹੋਣਗੇ ਮਹਾਰਾਜ ਜੀ ਦੀ ਮਿਹਰ ਦੇ ਨਾਲ, ਬਾਹਰ ਦਾ ਸਾਡਾ ਕੰਮ ਹੋ ਗਿਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਆ ਮਾਤਾ ਬੈਠੀ ਮੈਨੂੰ ਬਾਹਰ ਮਿਲੀ ਅੰਦਰ ਕਮਰੇ 'ਚ, ਕਿ ਮੇਰਾ ਪੁੱਤਰ ਹੈ, ਮੈਂ ਆਸਟ੍ਰੇਲੀਆ ਚੱਲੀ ਹਾਂ ਅਤੇ ਉਹਨੂੰ ਮਿਲਣ ਵਾਸਤੇ ਦਿਲ ਨਹੀਂ ਕਰਦਾ ਮੇਰਾ ਜਾਣ ਦਾ, 27 ਤਰੀਕ ਦੀ ਰੂਟੀਨ ਛੱਡਣ ਦਾ। ਤੇ ਸਹਿਜ ਪਾਠ ਮੈਂ ਆਪਣੇ ਪੁੱਤ ਨੂੰ ਕਿਹਾ ਕਰਨ ਵਾਸਤੇ, ਉਹ ਕਹਿੰਦਾ ਮਾਂ ਮੈਂ ਕਰ ਨਹੀਂ ਸਕਦਾ, ਇੱਥੇ ਕਰਾ ਦੀ। ਬਾਹਰ ਕਹਿੰਦੀ ਮੈਂ ਸੇਵਾ ਵੀ ਜਮ੍ਹਾਂ ਕਰਾਤੀ, ਪਰ ਮੇਰਾ ਇੱਥੋਂ ਜਾਣ ਦਾ ਦਿਲ ਨਹੀਂ ਕਰਦਾ, ਮੈਨੂੰ ਇੰਨਾ ਕੁਝ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਮਿਲ ਗਿਆ, ਕਹਿੰਦੀ ਮੈਂ ਦੱਸ ਨਹੀਂ ਸਕਦੀ। ਮਾਤਾ ਖੜੀ ਹੋ ਜਾ ਤੂੰ ਵੀ ਇੱਕ ਵਾਰੀ, ਜਿਹੜੇ ਮੈਨੂੰ ਅੰਦਰ ਮਿਲੇ ਜਿਨ੍ਹਾਂ ਨੇ ਜਾਣਾ ਆਸਟ੍ਰੇਲੀਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਹੋਈਓ ਪਾਠ ਕਰਾਉਣਾ ਸ਼ਨਵੀਰ ਸਿੰਘ ਦਾ ਪੁੱਤ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬਸ ਆਹ ਕਹਿਣਾ ਨੀ ਕਦੀ ਛੱਡਣਾ, ਮੇਰੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ, ਜੋ ਮਰਜ਼ੀ ਹੋ ਜਾਏ ਬਸ ਆਹ ਕਹੀ ਜਾਣਾ ਹਰ ਵੇਲੇ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਜੀਵਨ ਦੇ ਵਿੱਚ ਜੇ ਕਾਮਯਾਬ ਹੋਣਾ ਨਾ, ਤਰੱਕੀ ਦੀ ਰਾਹ ਤੇ ਤੁਰਨਾ, ਇਹ ਸੁਣਿਓ ਹੁਣ ਧਿਆਨ ਨਾਲ ਗੱਲ। ਕਾਮਯਾਬ ਲੋਕਾਂ ਦੇ ਵਿੱਚ ਇੱਕ ਦੋ ਬੜੇ ਵੱਡੇ ਗੁਣ ਹੁੰਦੇ ਨੇ। ਪਹਿਲਾ ਗੁਣ
ਕਾਮਯਾਬ ਲੋਕ ਨਿਰਾਸ਼ਾ ਨੂੰ ਲਕਸ਼ ਦੀ ਜੋ ਰੁਕਾਵਟ ਨਹੀਂ ਮੰਨਦੇ, ਨਿਰਾਸ਼ਾ ਦੀ। ਮੰਨ ਲਓ ਕਿਤੇ ਕੋਈ ਕੰਮ ਨਹੀਂ ਬਣਦਾ, ਉਹ ਰੁਕਾਵਟ ਇਹ ਚੀਜ਼ ਨਹੀਂ ਮੰਨਦੇ, ਕੋਈ ਗੱਲ ਨਹੀਂ ਨਿਰਾਸ਼ਾ ਹੋ ਗਈ ਹੈ। ਉਹ ਸਗੋਂ ਨਿਰਾਸ਼ਾ ਨੂੰ ਆਪਣੇ ਲਕਸ਼ ਦਾ ਸਾਥੀ ਮੰਨਦੇ ਨੇ ਕਿ ਜੇ ਅੱਜ ਨਿਰਾਸ਼ਤਾ ਹੋਈ ਹੈ ਨਾ, ਇਸ ਨਿਰਾਸ਼ਤਾ ਵਿੱਚੋਂ ਵੀ ਮੈਨੂੰ ਗੁਣ ਮਿਲ ਗਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਮੈਂ ਉਮੀਦ ਲਾਈ ਸੀ ਫਲਾਣੇ ਬੰਦੇ ਦੇ ਉੱਤੇ ਮੇਰੀ ਬਾਹ ਫੜੇਗਾ, ਪਰ ਜਦੋਂ ਉਹਦੇ ਵੱਲੋਂ ਨਿਰਾਸ਼ਤਾ ਹੋਈ ਨਾ, ਉਹ ਨਿਰਾਸ਼ਤਾ ਨੂੰ ਸਾਥੀ ਬਣਾ ਲੈਂਦੇ, ਕਹਿੰਦੇ ਮੈਨੂੰ ਚੰਗੇ ਵੇਲੇ ਹੋਸ਼ ਆ ਗਈ, ਮੈਂ ਤੇ ਉਮੀਦਾਂ ਬੰਦਿਆਂ ਤੇ ਲਾ ਬੈਠਾ ਸਾਂ। ਬਾਬਾ ਕਹਿੰਦਾ ਉਹਨਾਂ ਤੇ ਨਾ ਲਾ, ਮੇਰੇ ਤੇ ਲਾ ਲੈ। ਹੈਂਜੀ, ਉਹ ਨਿਰਾਸ਼ਤਾ ਨੂੰ ਸਾਥੀ ਬਣਾ ਲੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਕਈ ਵਾਰੀ ਕਹਿੰਦੇ ਮੇਰੀ ਭੈਣ ਸਾਥ ਦੇਵੇਗੀ, ਮੇਰਾ ਭਾਈ ਸਾਥ ਦੇ, ਮੇਰਾ ਮਿੱਤਰ ਦੋਸਤ ਮੇਰੀ ਬਾਂਹ ਫੜੇਗਾ, ਪਰ ਜਦੋਂ ਉਹਨਾਂ ਵੱਲੋਂ ਪਿੱਠ ਤੇ ਲੱਤ ਵੱਜਦੀ ਹੈ ਨਾ, ਆਈ ਨਿਰਾਸ਼ਤਾ। ਆਮ ਬੰਦਾ ਨਿਰਾਸ਼ਤਾ ਨੂੰ ਆਪਣੇ ਰਸਤੇ ਦੀ ਰੁਕਾਵਟ ਮੰਨਦਾ ਹੈ, ਪਰ ਜਿਹੜੇ ਕਾਮਯਾਬ ਲੋਕ ਨੇ ਨਿਰਾਸ਼ਤਾ ਨੂੰ ਪਿਆਰੇ ਉਹ ਆਪਣੇ ਰਸਤੇ ਦਾ ਸਾਥੀ ਬਣਾ ਲੈਂਦੇ ਨੇ ਕਿ ਜੇ ਨਿਰਾਸ਼ਤਾ ਨਾ ਆਉਂਦੀ। ਇਹੋ ਜੇ 10 ਸਾਲਾਂ ਬਾਅਦ ਪ੍ਰੋਬਲਮ ਆਉਂਦੀ, ਮੇਰੀ ਉਮਰ ਕਿੰਨੀ ਵੱਧ ਜਾਣੀ ਸੀ, ਮੈਂ ਤਾਂ ਨਾ ਇੱਧਰ ਜੋਗਾ ਰਹਿਣਾ ਸੀ ਨਾ ਉੱਧਰ ਜੋਗਾ। ਜੇ ਅੱਜ ਨਿਰਾਸ਼ਤਾ ਆ ਗਈ, ਨਿਰਾਸ਼ਤਾ ਨੂੰ ਸਾਥੀ ਬਣਾਇਆ, ਪਤਾ ਲੱਗ ਗਿਆ ਲੋਕਾਂ ਦਾ ਚਿਹਰਾ ਇਹੋ ਜਿਹਾ, ਉਹਨਾਂ ਨਾਲ ਵੈਰ ਨਹੀਂ ਰੱਖਿਆ, ਸਤਿਕਾਰ ਕਰਦਾ, ਪਰ ਹੁਣ ਅੰਦਰਲੀਆਂ ਡੋਰਾਂ ਉੱਧਰ ਜੋੜ ਲਈਆਂ। ਕੋਈ ਨਹੀਂ ਬਾਪੂ, ਤੂੰ ਸਭ ਦਾ ਚਿਹਰਾ ਮੈਨੂੰ ਵਿਖਾ ਦਿੱਤਾ, ਕੌਣ ਬਾਂਹ ਫੜਨ ਵਾਲਾ ਤੇ ਕੌਣ ਛੋੜਨ ਵਾਲਾ। ਜਿਹਨੂੰ ਮੈਂ ਸਮਝਦੇ ਕੁਝ ਨਹੀਂ ਸੀ, ਇਹ ਤੇ ਹੈ ਹੀ ਕੱਖ ਨਹੀਂ, ਬਾਂਹ ਤੇ ਉਹ ਫੜ ਲੈਂਦਾ ਕਈ ਵਾਰੀ, ਤੇ ਜਿਹਨੂੰ ਮੈਂ ਕਹਿੰਦਾ ਸਾਂ ਸਭ ਕੁਝ, ਉਹ ਕਈ ਵਾਰੀ ਠੋਕਰ ਮਾਰ ਦਿੰਦਾ। ਹੈਂਜੀ, ਆਖੋ ਧੰਨ ਬਾਬਾ ਦੀਪ ਸਿੰਘ। ਧੰਨ ਬਾਬਾ ਦੀਪ ਸਿੰਘ। ਕਾਮਯਾਬ ਲੋਕ ਨਿਰਾਸ਼ਤਾ ਤੋਂ ਉੱਭਰ ਕੇ ਅੱਗੇ ਵੱਧਦੇ ਨੇ, ਤੇ ਨਾ ਕਾਮਯਾਬ ਲੋਕ ਨਿਰਾਸ਼ਤਾ ਵੱਲ ਵੇਖ ਕੇ ਆਪਣੇ ਲਕਸ਼ ਤੋਂ ਪਿੱਛੇ ਮੁੜ ਜਾਂਦੇ ਨੇ। ਕਾਮਯਾਬ ਬਣਨਾ ਚੜ੍ਹਦੀ ਕਲਾ ਚ। ਇੱਕ ਮੈਨੂੰ ਮਿਸਾਲ ਕੋਈ ਦੇ ਰਿਹਾ ਸੀ ਗੁਰਮੁਖ ਪਿਆਰਾ, ਇੱਕ ਸਮਝਾਉਣ ਲਈ ਦ੍ਰਿਸ਼ਟਾਂਤ। ਕਹਿੰਦੇ 10ਵੀਂ ਮੰਜ਼ਿਲ ਤੱਕ ਬੰਦਾ ਡਿੱਗਿਆ, ਪੈਰ ਫਿਸਲ ਗਿਆ 10ਵੀਂ ਮੰਜ਼ਿਲ ਤੋਂ। ਹੁਣ ਪਤਾ ਜ਼ਮੀਨ ਤੇ ਵੱਜਣਾ ਮਰ ਜਾਣਾ, ਡਿੱਗਦਾ ਬੜੀ ਜ਼ੋਰ ਨਾਲ, ਤੇ 7ਵੀਂ 8ਵੀਂ ਮੰਜ਼ਿਲ ਤੇ ਨਾ ਕਿਸੇ ਨੇ ਆਪਣੀ ਬਾਰੀ ਦਾ ਬੂਹਾ ਖੋਲਿਆ। ਕਹਿੰਦਾ ਕਿਵੇਂ? ਕਹਿੰਦਾ ਬੜੀ ਚੜ੍ਹਦੀ ਕਲਾ ਚ ਅਜੇ ਬੜੇ ਸਾਹ ਪਏ ਨੇ ਬਾਕੀ। ਹਾਂਜੀ, ਬੜੀ ਚੜ੍ਹਦੀ ਕਲਾ ਚ ਆ, ਅਜੇ ਬੜੇ ਸਾਹ ਪਏ ਨੇ ਬਾਕੀ। ਦੇਖੋ ਇੱਕ ਦ੍ਰਿਸ਼ਟਾਂਤ ਸਮਝਾਉਣ ਲਈ, 10ਵੀਂ ਮੰਜ਼ਿਲ ਤੋਂ ਡਿੱਗਿਆ, ਪਤਾ ਜ਼ਮੀਨ ਨਾਲ ਵੱਜਣਾ, ਰਹਿਣਾ ਹੀ ਕੱਖ ਨਹੀਂ, ਮਰ ਜਾਣਾ, ਪਰ ਜਿਹੜਾ ਚੜ੍ਹਦੀ ਕਲਾ ਵਾਲਾ ਨਾ, ਜੇ ਉਦੋਂ ਵੀ ਕੋਈ ਉਹਨੂੰ ਪੁੱਛਦਾ ਕਹਿੰਦਾ ਕੈਂ ਵੀ ਹੈ, ਕੋਈ ਨਹੀਂ, ਅਜੇ ਸਾਹ ਪਏ ਨੇ, 2-4 ਸਾਹ ਪਏ ਨੇ ਬਾਕੀ। ਬਸ ਇਹ ਵਿਲ ਪਾਵਰ ਨਹੀਂ ਅੰਦਰੋਂ ਜਾਣ ਦੇਣੀ, ਵਿਲ ਪਾਵਰ ਆਪਣੀ ਥੱਲੇ ਨਹੀਂ ਜਾਣ ਦੇਣੀ। ਸਾਹਿਬਜ਼ਾਦਿਆਂ ਕੋਲੋਂ ਅੱਜ ਵਿਲ ਪਾਵਰ ਸਿੱਖ ਕੇ ਜਾਓ, ਮਾਂ ਗੁਜਰੀ ਜੀ ਦੇ ਕੋਲੋਂ ਵਿਲ ਪਾਵਰ ਸਿੱਖ ਕੇ ਜਾਓ। ਜਿਹੋ ਜਿਹਾ ਮਰਜ਼ੀ ਮਾਹੌਲ ਬਣ ਜੇ, ਮਖਮਲੀ ਗੱਦਿਆਂ ਤੇ ਸੌਣ ਵਾਲੇ ਜੇ ਇੱਕਦਮ ਜ਼ੁਲਮਾਂ ਦੇ ਸ਼ਿਕਾਰ ਹੋ ਰਹੇ ਨੇ, ਪਿਆਰੇ ਉਹ ਡੋਲਦੇ ਥੋੜ੍ਹੀ, ਇਉਂ ਲੱਗਦਾ ਜਿਵੇਂ ਪਤਾ ਨਹੀਂ ਕਿੰਨੇ ਜਨਮਾਂ ਤੋਂ ਉਹਨਾਂ ਨੇ ਤਿਆਰੀ ਕੀਤੀ ਹੋਈ ਸੀ, ਉਹਨਾਂ ਦੀ ਬੰਦਗੀ ਬੋਲਦੀ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੇ ਇੱਕਦਮ ਸਿਚੁਏਸ਼ਨ ਚੇਂਜ ਹੋ ਗਈ ਨਾ, ਤੇ ਉਹ ਸਾਹਿਬਜ਼ਾਦੇ ਡੋਲੇ ਨਹੀਂ, ਮਾਂ ਜੀ ਡੋਲੇ ਨਹੀਂ, ਸਗੋਂ ਅੰਮ੍ਰਿਤ ਵੇਲਾ ਉਸੇ ਤਰ੍ਹਾਂ ਸੰਭਾਲਦੇ ਨੇ, ਉਸੇ ਤਰ੍ਹਾਂ ਬਾਣੀ ਦਾ ਪੈਰ। ਅੱਜ ਕਿੰਨੀ ਠੰਡ ਹੈ, ਇੱਥੋਂ 10-15 ਗੁਣਾ ਜ਼ਿਆਦਾ ਠੰਡ ਸੀ ਉਦੋਂ। ਅੱਜ ਕਿੰਨੀਆਂ ਫੈਕਟਰੀਆਂ, ਕਿੰਨੀ ਆਬਾਦੀ, ਕਿੰਨਾ ਕੁੱਝ,
ਉਦੋਂ ਤੇ ਆਹ ਚੀਜ਼ਾਂ ਹੁੰਦੀਆਂ ਨਹੀਂ, ਇਹ ਪੋਲਿਊਸ਼ਨ ਹੁੰਦਾ ਹੀ ਨਹੀਂ ਸੀ। ਤੇ ਠੰਡਾ ਬੁਰਜ, ਉਹਦਾ ਨਾਂ ਠੰਡਾ ਬੁਰਜ ਤਾਂ ਸੀ ਕਿ ਥੱਲੇ ਉਹਦੀ ਨਦੀ ਚੱਲਦੀ ਸੀ, ਗਰਮੀਆਂ 'ਚ ਵੀ ਜਦੋਂ ਹਵਾ ਛੂਹ ਕੇ ਲੰਘਦੀ ਸੀ ਨਾ ਪਾਣੀ ਨੂੰ, ਤੇ ਉੱਥੋਂ ਤੱਕ ਪਹੁੰਚਦੀ ਸੀ ਠੰਡੇ ਬੁਰਜ ਤੱਕ, ਗਰਮੀਆਂ 'ਚ ਵੀ ਠੰਡਾ ਰਹਿੰਦਾ ਸੀ, ਤੇ ਸਰਦੀਆਂ 'ਚ ਤੇ ਖੱਦਾਂ ਹੀ ਟੱਪੀਆਂ ਪਈਆਂ ਸੀ, ਇੰਨੀ ਠੰਡ। ਅੱਜ ਅਸੀਂ ਕੰਬਲ ਥੱਲੇ ਵਿਛਾਏ ਨੇ, ਗੱਦੀਆਂ ਦੇ ਉੱਤੇ ਬੈਠੇ ਹਾਂ, ਉਹ ਜਰਾ ਮਹਿਸੂਸ ਕਰਕੇ ਦੇਖੋ ਪਿਆਰਿਓ, ਮਾਂ ਗੁਜਰੀ ਦੇ ਥੱਲੇ ਵਿਛਾਉਣ ਨੂੰ ਵੀ ਕੋਈ ਗਰਮ ਕੱਪੜਾ ਨਹੀਂ ਸੀ। ਜਰਾ ਮਹਿਸੂਸ ਤੇ ਕਰੋ, ਸਭ ਤੋਂ ਜ਼ਿਆਦਾ ਠੰਡ ਲੱਗਦੀ ਹੈ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ। ਇਹ ਸਰੀਰ ਦਾ ਧਰਮ ਹੈ, ਸਰੀਰ ਦਾ ਧਰਮ। ਸਭ ਤੋਂ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ। 80 ਸਾਲ ਦੀ ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੀ ਉਮਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੁੱਲ ਵੀ ਨੀਲੇ ਹੁੰਦੇ ਨੇ ਠੰਡ ਦੇ ਕਰਕੇ, ਪਰ ਧੰਨ ਮਾਤਾ ਗੁਜਰੀ ਜੀ, ਧੰਨ ਸਾਹਿਬਜ਼ਾਦੇ, ਤੁਹਾਡੀ ਅੰਦਰਲੀ ਵਿਲ ਪਾਵਰ ਡਿੱਗਦੀ ਕੋਈ ਨਹੀਂ। ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ। ਵਿਲ ਪਾਵਰ ਸਗੋਂ ਹੋਰ ਵੱਧ ਜਾਂਦੀ। ਪਤਾ ਹੈ ਆਉਣ ਵਾਲੇ ਸਮੇਂ 'ਚ ਇਹ ਇਤਿਹਾਸ ਸਿਰਜਿਆ ਜਾ ਰਿਹਾ ਹੈ। ਅੱਜ ਸਾਨੂੰ ਦੁੱਖ ਹੋ ਰਹੇ ਨੇ, ਭਾਵੇਂ ਅੱਜ ਸਾਨੂੰ ਤਕਲੀਫਾਂ, ਸਾਡੇ ਉੱਤੇ ਜ਼ੁਲਮ ਹੋ ਰਹੇ ਨੇ, ਪਰ ਪਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਹ ਸਾਰਾ ਪਰਿਵਾਰ ਸੁਖੀ ਵਸਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਮਾਤਾ ਗੁਜਰੀ ਜੀ, ਧੰਨ ਸਾਹਿਬਜ਼ਾਦੇ। ਥੱਲੇ ਵਿਛਾਉਣ ਨੂੰ ਵੀ ਕੁਝ ਨਹੀਂ, ਉੱਤੇ ਲੈਣ ਨੂੰ ਵੀ ਕੁਝ ਨਹੀਂ, ਪਰ ਵਿਲ ਪਾਵਰ ਅੰਦਰਲੀ ਇੰਨੀ ਸਟਰੋਂਗ ਹੈ ਕਿ ਉਹ ਡੋਲਦੇ ਨਹੀਂ। ਅਸੀਂ ਤੇ ਨਿੱਕੀ ਨਿੱਕੀ ਗੱਲ ਤੇ ਡੋਲਦੇ, ਮੈਨੂੰ ਬੁਖਾਰ ਚੜ ਗਿਆ, ਹਾਏ ਮੈਂ ਕੀ ਕਰਾਂ, ਮੈਂ ਤੇ ਮਰੀ ਜਾਣਾ, ਮੇਰਾ ਆਹ ਕੰਮ ਨਹੀਂ ਪੂਰਾ ਹੋਇਆ, ਮੇਰਾ ਉਹ ਕੰਮ ਨਹੀਂ ਪੂਰਾ। ਆਹ ਨਿੱਕੀਆਂ ਗੱਲਾਂ ਭਾਈ, ਨਿੱਕੀਆਂ ਗੱਲਾਂ। ਬਸ ਅੱਜ ਆਪਣੇ ਮਾਇੰਡ ਦੇ ਵਿੱਚ ਪੱਕੇ ਤੌਰ ਤੇ ਗੱਲ ਵਸਾ ਲਓ, ਜਿਨ੍ਹਾਂ ਦੇ ਬੂਹੇ ਤੇ ਆ ਕੇ ਬੈਠੇ ਉਹਨਾਂ ਏਡਾ ਵੱਡਾ ਦਾਤਾ, ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਆਪਣੇ ਮਨਾਂ 'ਚ ਨਾ ਸੋਚਿਆ ਕਰੋ ਕਿ ਮੇਰਾ ਕੀ ਬਣੇਗਾ, ਮੇਰਾ ਕਿੱਦਾਂ ਹੋਏਗਾ। ਨਹੀਂ, ਉਹ ਇੱਕ ਬੂਆ ਜੇ ਬੰਦ ਕਰਦਾ ਨਾ, ਇੱਕ ਬੂਆ ਬੰਦ ਕਰਨ ਤੋਂ ਪਹਿਲੇ 10 ਬੂਹੇ ਖੋਲ ਦਿੰਦਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ। ਹਾਂ, ਚੜ੍ਹਦੀ ਕਲਾ ਰੱਖਿਆ ਕਰੋ ਆਪਣੇ ਅੰਦਰ, ਚੜ੍ਹਦੀ ਕਲਾ। ਇੱਕ ਬੂਆ ਜੇ ਬੰਦ ਕਰਦਾ ਨਾ, 10 ਬੂਹੇ ਉਹਨੇ ਖੋਲੇ ਹੁੰਦੇ ਨੇ। ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਡੋਲੋ ਨਾ, ਮੈਨੂੰ ਬੁਖਾਰ ਚੜ ਗਿਆ ਜੀ, ਮੈਂ ਸੰਗਤ 'ਚ ਜਾ ਕੇ ਕੀ ਕਰਨਾ। ਉਦਾਂ ਬਾਬਾ ਪਰਚਾ ਨਾ ਪਾਵੇ, ਇਮਤਿਹਾਨ ਨਾ ਲਵੇ, ਫੇਲ ਸੀ ਫੇਲ ਖਾਂ, ਫੇਲ ਹੀ ਰਹਿਣਾ ਇਮਤਿਹਾਨਾਂ 'ਚੋਂ। ਉਹ ਨਿੱਕੀਆਂ ਮੋਟੀਆਂ ਜਿਹੀਆਂ ਚੀਜ਼ਾਂ ਆ ਗਈਆਂ ਨਾ, ਇਹ ਚੀਜ਼ਾਂ ਨੂੰ ਇਗਨੋਰ ਕਰ, ਦਿਮਾਗ ਨੂੰ ਆਪਣੇ ਕਮਾਂਡ ਦੇ ਹਰ ਵੇਲੇ ਕੀ ਕਮਾਂਡ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਬਿਲਕੁਲ ਠੀਕ ਹਾਂ, ਮੈਂ ਰਾਜ਼ੀ ਹਾਂ। ਫਿਰ ਵੇਖਿਓ ਆਹ ਬਖਸ਼ਿਸ਼ਾਂ ਕਿਵੇਂ ਵਰਤਦੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰਾ ਖੇਡ ਹੀ ਇੱਥੋਂ ਦਾ, ਸਾਰੀ ਖੇਡ ਹੀ ਦਿਮਾਗ ਦੀ ਹੈ। ਇੱਕ ਸੀ ਨਾ, ਉਹਨੂੰ ਸਜ਼ਾ ਮਿਲੀ ਮੌਤ ਦੀ, ਸਜ਼ਾ ਦੇਣੀ, ਬਈ ਤੂੰ ਪਾਪ ਕੀਤੇ ਨੇ, ਗੌਰਮੈਂਟ ਵੱਲੋਂ ਸਜ਼ਾ ਹੋ ਗਈ ਤੈਨੂੰ, ਮੌਤ ਦੀ ਸਜ਼ਾ ਹੈ। ਪਰ ਕਹਿੰਦੇ ਮੌਤ ਦੀ ਸਜ਼ਾ ਦੇਣੀ ਪਤਾ ਕਿਵੇਂ, ਸੱਪ ਦੇ ਨਾਲ ਤੈਨੂੰ ਡੰਗ ਮਰਵਾ ਕੇ ਤੈਨੂੰ ਮਾਰਿਆ ਜਾਣਾ। ਹੁਣ ਜਿੱਦਣ ਉਹ ਦਿਨ ਆਇਆ, ਉਹ ਕਹਿੰਦੇ ਐਕਸਪੈਰੀਮੈਂਟ ਕਰੀਏ ਤੇ ਸਹੀ। ਐਕਸਪੈਰੀਮੈਂਟ ਕਰਨ ਦੇ ਲਈ ਬੰਦੇ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨਤੀ, ਕਹਿੰਦੇ ਹੁਣ ਬਸ ਕੁਝ ਮਿੰਟਾਂ ਬਾਅਦ ਸੱਪ ਤੈਨੂੰ ਆ ਕੇ ਡੱਸੇਗਾ, ਤੂੰ ਮਰ ਜਾਏਗਾ। ਹੁਣ ਸੱਪ ਦੇ ਨਾਲ ਤੇ ਉਹਨੂੰ ਡੰਗ ਮਰਵਾਇਆ ਨਾ, ਇੱਕ ਨਿੱਕੀ ਜਿਹੀ ਨਹੀਂ ਨਾ, ਪਿੰਨ ਚੁੱਭਦੀ ਉਹਦੇ ਪੈਰ ਦੇ ਉੱਤੇ। ਜਦੋਂ ਪਿੰਨ ਚੁੱਭਦੀ ਨਾ, ਉਹ ਉਸੇ ਵੇਲੇ ਮਰ ਗਿਆ।
ਤੇ ਜਦੋਂ ਉਹਦੀ ਬਾਡੀ ਦਾ ਟੈਸਟ ਕੀਤਾ ਗਿਆ ਉਹਦੇ ਸਾਰੇ ਸਰੀਰ ਦੇ ਅੰਦਰ ਜ਼ਹਿਰ ਭਰਿਆ ਪਿਆ ਸੀ। ਜ਼ਹਿਰ ਵੇਖੋ, ਸੋਚ ਦਾ ਤਲਖ, ਸਾਰੇ ਸਰੀਰ ਦੇ ਅੰਦਰ ਜ਼ਹਿਰ ਸੀ। ਵੱਜੀ ਤੇ ਪਿੰਨ, ਸੱਪ ਨੇ ਤੇ ਡੰਗ ਮਾਰਿਆ ਕੋਈ ਨੀ, ਪਿੰਨ ਦੇ ਨਾਲ ਕਦੀ ਕੋਈ ਮਰਦਾ, ਪਰ ਅੰਦਰ ਸੋਚ ਸੀ ਨਾ, ਪਿੰਨ ਵੱਜੀ, ਉਹਨੂੰ ਲੱਗਾ ਹਾਏ ਸੱਪ ਨੇ ਡੰਗ ਮਾਰਤਾ ਮੈਨੂੰ, ਮੈਂ ਮਰ ਜਾਣਾ, ਮੈਂ ਨਹੀਂ ਬਚਦਾ ਹੁਣ, ਮੇਰੇ ਅੰਦਰ ਜ਼ਹਿਰ ਫੈਲ ਜਾਣਾ। ਉਹ ਸੋਚ ਨਹੀਂ ਅੰਦਰ ਜ਼ਹਿਰ ਬਣਾਤਾ। ਸੋਚ ਉੱਚੀ ਰੱਖੋ, ਸੋਚ ਵੱਡੀ ਰੱਖੋ, ਸੋਚ ਆ ਰੱਖੋ, ਸੋ ਸਤਿਗੁਰ ਪਿਆਰਾ ਮੇਰੇ ਨਾਲ ਜਿੱਥੇ ਕਿੱਥੇ ਮੈਨੂੰ, ਜਿਹਨੇ ਹੁਣ ਤੱਕ ਮੈਨੂੰ ਬਚਾਇਆ ਉਹਨੇ ਹੁਣ ਮੈਨੂੰ ਡੁੱਬਣ ਨਹੀਂ ਦੇਣਾ ਕਿਤੇ, ਜਿਹਨੇ ਹੁਣ ਤੱਕ ਮੇਰੀ ਬਾਂਹ ਫੜੀ ਰੱਖੀ ਹੁਣ ਛੱਡ ਦੋ। ਮੈਂ ਭਾਵੇਂ ਔਗਣ ਕਰਨ ਲੱਗ ਪਿਆ, ਮੈਂ ਭਾਵੇਂ ਅੰਮ੍ਰਿਤ ਵੇਲਾ ਨਹੀਂ ਸੰਭਾਲਦਾ, ਮੈਂ ਭਾਵੇਂ ਸੰਗਤ ਵਿੱਚ ਨਹੀਂ ਬਹਿੰਦਾ, ਇਹਦਾ ਮਤਲਬ ਉਹਨੇ ਮੈਨੂੰ ਛੱਡ ਦੇਣਾ? ਇੱਦਾਂ ਤੇ ਨਹੀਂ ਹੁੰਦਾ, ਇੱਦਾਂ ਨਹੀਂ ਹੁੰਦਾ। ਉਹਨੇ ਬਿੱਧ ਬਣਾ ਦੇਣੀ ਮੈਨੂੰ ਫਿਰ ਜੋੜਨ ਦੀ, ਉਹਨੇ ਬਿੱਧ ਬਣਾ ਦੇਣੀ ਅੰਮ੍ਰਿਤ ਵੇਲੇ ਜਾਗਣ ਦੀ, ਉਹਨੇ ਬਿੱਧ ਬਣਾ ਦੇਣੀ ਮੈਂ ਸੰਗਤ ਵਿੱਚ ਆਵਾਂ, ਉਹਨੇ ਕੋਈ ਨਾ ਕੋਈ ਢੰਗ ਅਪਣਾ ਲੈਣਾ ਕਿ ਇਹ ਬੱਚਾ ਮੇਰਾ, ਇਹ ਭਾਵੇਂ ਮੇਰੀ ਬਾਂਹ ਛੱਡਦਾ ਪਰ ਇਹਦੀ ਬਾਂਹ ਮੈਂ ਨਹੀਂ ਉਹ ਛੱਡਣੀ। ਆਖੋ ਧੰਨ ਕਰੋ, ਜਿੰਨੇ ਵੀ ਬੈਠੇ ਹੋ ਨਾ, ਬਸ ਆਹ ਚੀਜ਼ ਆਪਣੇ ਅੰਦਰ ਰੱਖੋ, ਬੂਆ ਨਹੀਂ ਛੱਡਣਾ। ਪਰ ਜੇ ਅਸੀਂ ਔਗਣ ਕਰਨ ਹੀ ਲੱਗ ਪਏ ਤੇ ਬੱਬੂ ਕਬੂਲ ਲੈ ਯਾਰ, ਕਬੂਲ ਲੈ। ਸੱਜਣ ਠੱਗ ਤੂੰ ਸੱਜਣ ਸੰਤ ਤੂੰ ਹੀ ਬਣਾਉਣਾ ਹੈ ਨਾ, ਤੂੰ ਹੀ ਕਿਰਪਾ ਕਰਨੀ ਹੈ ਨਾ, ਤੇ ਕਰ ਦੇ, ਤੇਰੇ ਘਰ ਕਿਹੜਾ ਘੱਟ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਲਕਸ਼ ਦਾ ਪਿੱਛਾ ਨਾ ਛੱਡੋ ਜੀ। ਗੱਲ ਇਹ ਨਹੀਂ ਹੁੰਦੀ ਤੁਸੀਂ ਕਿੰਨੀ ਜ਼ੋਰ ਦੇ ਨਾਲ, ਕਿੰਨੀ ਤੁਸੀਂ ਤੇਜ਼ੀ ਦੇ ਨਾਲ ਡਿੱਗੇ ਹੋ, ਫਰਕ ਤੇ ਇਹ ਚੀਜ਼ ਨਾਲ ਪੈਂਦਾ ਕਿ ਤੁਸੀਂ ਕਿੰਨੀ ਤਾਕਤ ਦੇ ਨਾਲ ਉੱਠਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਡਿੱਗੇ ਹੋ ਕਿੰਨੀ ਜ਼ੋਰ ਨਾਲ, ਕਿਸੇ ਨੇ ਇਹ ਨਹੀਂ ਵੇਖਣਾ, ਤੁਸੀਂ ਡਿੱਗਣ ਤੋਂ ਬਾਅਦ ਕਿੰਨੀ ਤਾਕਤ ਦੇ ਨਾਲ ਉੱਠਦੇ ਹੋ ਨਾ, ਦੁਨੀਆਂ ਵੇਖੇ ਉੱਠਣ ਲੱਗੀਆਂ ਤੁਹਾਨੂੰ। ਸਾਹਿਬਜ਼ਾਦੇ ਅੱਜ ਸਾਨੂੰ ਆਹ ਸਿਖਾ ਰਹੇ ਨੇ, ਆਹ ਵਿਲ ਪਾਵਰ ਦੇ ਰਹੇ ਨੇ। ਮਾਂ ਗੁਜਰ ਕੌਰ ਜੀ ਸਾਨੂੰ ਅੱਜ ਆਹ ਸਿਖਾ ਰਹੇ ਨੇ ਕਿ ਵੇਖ ਮੈਂ ਠੰਡੇ ਬੁਰਜ ਦੇ ਵਿੱਚ ਵੀ ਕਾਇਮ ਹਾਂ, ਨੀਹਾਂ ਦੇ ਵਿੱਚ ਅਸੀਂ ਚਿਣੇ ਜਾਣ ਲੱਗੇ ਹਾਂ ਤਾਂ ਵੀ ਅਸੀਂ ਡੋਲਦੇ ਨਹੀਂ, ਤਾਂ ਵੀ ਅਸੀਂ ਕਾਇਮ ਹਾਂ, ਚੜ੍ਹਦੀ ਕਲਾ 'ਚ ਹਾਂ। ਤੂੰ ਨਿੱਕੀ ਨਿੱਕੀ ਗੱਲ ਤੋਂ ਡੋਲ ਕੇ ਕਦੀ ਕਿੱਧਰ ਜਾਂਦਾ, ਕਦੀ ਕਿੱਧਰ ਜਾਂਦਾ। ਉਹ ਮੇਰਾ ਦਿਨ ਮਨਾਉਣ ਵਾਲਿਆਂ, ਇੱਕ ਬੂਹੇ ਦਾ ਹੋ ਕੇ ਬਹਿ ਜਾ, ਅੱਜ ਦਾ ਦਿਨ ਸਾਨੂੰ ਆਹ ਸਿਖਾ ਰਿਹਾ। ਬੈਰਾਗ ਕਰਦੇ ਹਾਂ ਅਸੀਂ ਆਏ ਸਾਲ, ਕਿੰਨਾ ਕਿੰਨਾ, ਆ ਚਾਰ ਦਿਨ ਪਿੱਛੇ ਦਿਮਾਗ ਮੈਂ ਜਿੱਥੇ ਲਾਏ, ਕਿੰਨਾ ਬੈਰਾਗ ਮੈਨੂੰ ਵੀ ਆਇਆ, ਉਹ ਸਾਰੇ ਲਾਈਵ ਚੱਲ ਜਾਣੇ ਨੇ ਪ੍ਰੋਗਰਾਮ ਪੀਟੀਸੀ ਤੇ 3 ਤੋਂ 4। ਕਿੰਨੀਆਂ ਗੱਲਾਂ ਬੋਲੀਆਂ, ਕਿੰਨੀਆਂ ਸੁਣੀਆਂ, ਕਿੰਨੀਆਂ ਸੁਣਾਈਆਂ, ਪਰ ਪਿਆਰੇ ਅਸਲੀਅਤ ਦੇ ਵਿੱਚ ਨਿਚੋੜ ਤੇ ਆਹੀ ਹੈ ਨਾ ਕਿ ਸਾਹਿਬਜ਼ਾਦਿਆਂ ਦਾ ਜੀਵਨ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿਖਾ ਰਿਹਾ। ਮਾਂ ਗੁਜਰੀ ਦਾ ਉਹਨਾਂ ਦਾ ਜੀਵਨ ਸਾਨੂੰ ਚੜ੍ਹਦੀ ਕਲਾ 'ਚ ਰਹਿਣਾ ਸਿਖਾ ਰਿਹਾ, ਚੜ੍ਹਦੀ ਕਲਾ 'ਚ। ਬਸ ਹਰ ਵੇਲੇ ਚੜ੍ਹਦੀ ਕਲਾ 'ਚ ਰਿਹਾ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ, ਬਸ ਆਹ ਚੀਜ਼ ਨਹੀਂ ਭੁੱਲਣੀ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਸਵਰੋ ਪਰਿਵਾਰ ਸਵਾਰੋ ਸਾਰੇ, ਆਖੋ ਸਮਾਜ ਆਪੇ ਹੀ ਸਵਰ ਜਾਏ, ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ। 273-74 ਨੰਬਰ ਅੰਗ ਦੇ ਉੱਤੇ ਦਰਜ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਸਾਹਿਬਜ਼ਾਦੇ ਕਿਤੇ ਨਹੀਂ ਗਏ,
ਮਾਂ ਜੀ ਕਿਤੇ ਨਹੀਂ ਗਏ, ਸਾਡੇ ਲਈ ਪੂਰਨੇ ਪਾਏ ਨੇ ਤੇ ਅੱਜ ਸਾਡੇ ਵਿੱਚ ਹੀ ਬੈਠੇ ਨੇ, ਅੱਜ ਵਿੱਚ ਹੀ ਬੈਠੇ ਨੇ। ਇਹ ਮੇਰੀ ਆਪਣੀ ਇਹ ਨਿੱਜੀ ਭਾਵਨਾ ਹੈ, ਮੇਰੀ ਨਿੱਜੀ ਫੀਲਿੰਗ ਹੈ। ਉਹ ਕੋਈ ਕੰਮ ਪੂਰਾ ਨਾ ਹੋਵੇ, ਸਾਹਿਬਜ਼ਾਦਿਆਂ ਨੂੰ ਵਿਚੋਲਾ ਪਾ ਲਿਆ ਕਰਾਂਗੇ। ਮਹਾਰਾਜ ਦੇ ਲਾਲ ਨੇ ਹੈਂਜੀ, ਇਹ ਬਿੰਦੀ ਪੁੱਤਰ ਨੇ ਤੇ ਨਾਦੀ ਪੁੱਤਰ ਹੈ ਬਾਬਾ ਦੀਪ ਸਿੰਘ, ਉਹ ਵੀ ਲਾਲ ਹੈ। ਵਿਚੋਲੇ ਪਾਲਿਆ ਕਰੋ ਲਾਲਾਂ ਨੂੰ ਕਿ ਬਾਬਾ ਤੂੰ ਸਾਡੇ ਕਰਕੇ ਨਹੀਂ ਨਾ ਮੰਨਦਾ, ਇਹਨਾਂ ਕਰਕੇ ਅਰਜ਼ੀ ਕਬੂਲ ਕਰ ਲੈ, ਪਰ ਕਰ ਲੈ। ਆਓ ਪੜ੍ਹੋ ਸਾਰੇ, ਜਿਹੜੇ ਥੋੜ੍ਹੇ ਜਿਹੇ ਮਿੰਟ ਰਹਿ ਗਏ, 3:10 ਤੇ ਪੂਰੇ ਮੈਂ ਅਨੰਦ ਸਾਹਿਬ ਪੜ੍ਹ ਲੈਣ, 15 ਕੁ ਮਿੰਟਾਂ ਦਾ ਜਾਂ ਬਾਕੀ ਨੇ, ਤੇ ਬੜੇ ਪਿਆਰ ਦੇ ਵਿੱਚ ਸ਼ਬਦ ਪੜ੍ਹਿਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਨਹੀਂ ਮਰਤਾ ਨਹੀਂ ਮਰਤਾ, ਨਹੀਂ ਮਰਤਾ ਨਹੀਂ ਮਰਤਾ, ਨਹੀਂ ਮਰਤਾ ਨਹੀਂ ਮਰਤਾ, ਬ੍ਰਹਮ ਗਿਆਨੀ ਸਦ ਜੀਵੈ। ਨਹੀਂ ਮਰਤਾ ਨਹੀਂ ਮਰਤਾ, ਨਹੀਂ ਮਰਤਾ ਨਹੀਂ ਮਰਤਾ, ਬ੍ਰਹਮ ਗਿਆਨੀ ਸਦ ਜੀਵੈ, ਬ੍ਰਹਮ ਗਿਆਨੀ ਸਦ ਜੀਵੈ। ਮਾਤਾ ਗੁਜਰ ਕੌਰ ਜੀ, ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਨਹੀਂ ਮਰਤਾ ਨਹੀਂ ਮਰਤਾ,
ब्रह्म ज्ञानी सब श्रेष्ठ का करता ब्रह्म ज्ञानी सब श्रेष्ठ का करता ब्रह्म ज्ञानी सात जीव नहीं मरता नहीं मरता नहीं मरता ब्रह्म ज्ञानी सात जीव ब्रह्म ज्ञानी सात जीव पढ़ो नहीं मरता नहीं मरता हाँ नहीं मरता नहीं मरता ब्रह्म ज्ञानी
नहीं मरता, नहीं मरता।
मर पे न जाने कोए ऐसी मरनी जो मरे और न मरना होए नहीं मरता नहीं मरता नहीं मरता नहीं मरता क्या जाना के मरेंगे कैसा मरना होए जेकर साहेब मनो न बिसरे ता सैला मरना होए मरने ते सब जगत डरे जीवियां लोड़े सब कोए गौर पर साथी जीवत मरे हुक्मे बूझे सोए नानक ऐसी मरनी जो मरे नानक ऐसी मरनी जो मरे ता सद जीवन होए जी नहीं मरता नहीं मरता नहीं मरता समाप्ति कर रहे हैं जी सारे ਵਿਚਾਰਾਂ ਬਹੁਤ ਨੇ ਕਰਨ ਵਾਲੀਆਂ ਪਰ ਤੁਹਾਨੂੰ ਮੇਰਾ ਸੁਭਾਅ ਪਤਾ ਹੈ ਕਦੀ ਵੀ ਮੈਂ ਇੱਕ ਮਿੰਟ ਵੀ ਸਮੇਂ ਤੋਂ ਤਾਂ ਨਹੀਂ ਜਾਂਦਾ ਸੁਭਾਅ ਹੀ ਨਹੀਂ ਜਿੰਨਾ ਮਰਜ਼ੀ ਰਸ ਬਣਿਆ ਹੋਵੇ ਵਿੱਚ ਬ੍ਰੇਕ ਲਾ ਦਈਦੀ ਹੈ ਪਰ ਸਮੇਂ ਤੋਂ ਤਾਂ ਨਹੀਂ ਜਾਣਾ ਅਤੇ ਮੈਂ ਹੁਣ ਕੀਰਤਨ ਦੀ ਸਮਾਪਤੀ ਕਰ ਰਿਹਾ ਆਨੰਦ ਸਾਹਿਬ ਦਾ ਪਾਠ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਜ਼ਰੂਰੀ ਬੇਨਤੀ ਜੋ ਤੁਹਾਡਾ ਇੱਥੇ ਹਸਪਤਾਲ ਚੱਲ ਰਿਹਾ
ਹਸਪਤਾਲ ਵਿੱਚ ਜਿੱਥੇ ਇੱਕ ਛੱਤ ਥੱਲੇ ਸਾਰੇ ਕਾਰਜ ਚੱਲ ਰਹੇ ਨੇ, ਉੱਥੇ ਇੱਕ ਨਵਾਂ ਉਪਰਾਲਾ ਸ਼ੁਰੂ ਹੋ ਗਿਆ ਅੱਖਾਂ ਦੇ ਓਪਰੇਸ਼ਨਾਂ ਦਾ। ਕੱਲ 5 ਓਪਰੇਸ਼ਨ ਹੋ ਗਏ ਬਾਪੂ ਜੀ ਦੀ ਮਿਹਰ ਦੇ ਨਾਲ। ਚਿੱਟੇ ਮੋਤੀਏ ਦੇ ਓਪਰੇਸ਼ਨ, ਅੱਖਾਂ ਦੇ ਓਪਰੇਸ਼ਨ ਨੇ ਸ਼ੁਰੂ ਕੀਤੇ ਨੇ। ਜਿਹੜਾ ਬਾਹਰ 30-32 ਹਜ਼ਾਰ ਦਾ ਓਪਰੇਸ਼ਨ ਹੁੰਦਾ ਅੱਖਾਂ ਦਾ, ਇੱਥੇ 4 ਹਜ਼ਾਰ 'ਚ ਹੋ ਜਾਣਾ। ਕਿੰਨਾ ਲੋੜਵੰਦਾਂ ਦਾ ਲਾਭ ਹੋ ਜਾਏਗਾ। ਅਤੇ ਕੱਲ੍ਹ ਪਹਿਲੇ ਦਿਨ ਮਹਾਰਾਜ ਜੀ ਦੀ ਮਿਹਰ ਦੇ ਨਾਲ 5 ਓਪਰੇਸ਼ਨ ਹੋਏ ਨੇ। ਹਰ ਮੰਗਲਵਾਰ ਅਤੇ ਵੀਰਵਾਰ ਦੁਪਹਿਰੇ 1 ਵਜੇ ਇਹ ਓਪਰੇਸ਼ਨ ਹੋਇਆ ਕਰਨਗੇ, ਹਫ਼ਤੇ 'ਚ 2 ਵਾਰੀ। ਜਿਹੜੇ ਲੋੜਵੰਦ, ਬਾਬਾ ਤਾਂ ਸਭ ਨੂੰ ਵੈਸੇ ਠੀਕ ਰੱਖੇ, ਪਰ ਜਿਹੜੇ ਲੋੜਵੰਦ ਨੇ ਉਹ ਲਾਭ ਲੈ ਸਕਦੇ ਨੇ। ਇਹ ਬੇਨਤੀ ਮੈਂ ਜ਼ਰੂਰੀ ਕਰਨੀ ਸੀ। ਬਾਕੀ ਸੇਵਾਵਾਂ ਬਾਰੇ ਤੁਹਾਨੂੰ ਸਭ ਨੂੰ ਪਤਾ, ਮੈਂ ਹੁਣ ਡਿਟੇਲ ਨਹੀਂ ਬੋਲਣੀ, ਸਮਾਂ ਅੱਗਿਆ ਨਹੀਂ ਦੇ ਰਿਹਾ। ਜੋ ਜੋ ਸੇਵਾਵਾਂ ਚੱਲ ਰਹੀਆਂ ਨੇ, ਤੁਸੀਂ ਸਭ ਨੇ ਸੇਵਾਵਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸੇ ਪਾਉਣੇ। ਮੈਂ ਕੱਲ੍ਹ ਬੈਠਾ ਬੈਠਾ ਗੱਲ ਕਰ ਰਿਹਾ ਸੀ, ਇੱਕ ਦੋ ਜਾਣਿਆਂ ਨੂੰ ਮੈਂ ਫੋਨ ਵੀ ਕੀਤੇ ਕਿ ਗੱਲ ਮੈਂ ਗੁਰੂ ਦੀ ਹਜ਼ੂਰੀ 'ਚ ਕਰ ਰਿਹਾ। ਮੈਂ ਕਿਹਾ ਹੱਥ ਇੰਨਾ ਜ਼ਿਆਦਾ ਟਾਈਟ ਹੈ। ਪਰ 2-3 ਸੰਗੀਆਂ ਨੂੰ ਮੈਂ ਫੋਨ ਕੀਤੇ, ਮੈਂ ਕਿਹਾ ਬਹੁਤ ਟਾਈਮ ਹੋ ਗਿਆ ਤੁਹਾਡਾ ਦਸਵੰਧ ਨਹੀਂ ਆਇਆ, ਭੇਜੋ। ਅਤੇ ਬਿੱਲ ਬਹੁਤ ਜ਼ਿਆਦਾ ਬਣਦੇ ਨੇ ਉਹ ਸਾਰੀਆਂ ਦੇ, ਇੱਦਾਂ ਸਾਰਾ। ਅਤੇ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਸਾਰੇ ਸਾਥ ਦਿਓ। ਹਰ ਮਹੀਨੇ ਦਸਵੰਧ ਕੱਢਿਆ ਕਰੋ, ਆਉਣ ਲੱਗੀਆਂ ਲੈ ਕੇ ਆਇਆ ਕਰੋ। ਅਤੇ ਸਭ ਨੂੰ ਬੇਨਤੀ, ਐਤਵਾਰ ਦੀ ਰੁਟੀਨ ਵੀ ਕਿਸੇ ਨੇ ਛੱਡਣੀ ਨਹੀਂ। ਮੈਂ ਲਾਈਵ ਵੇਖਦਾ ਹੁੰਦਾ ਕਿਹੜਾ ਆਇਆ ਕਿਹੜਾ ਨਹੀਂ। ਮੈਂ ਗੈਰ ਹਾਜ਼ਰੀਆਂ ਲਾਈ ਜਾਂਦਾ ਜਿਹੜਾ ਜਿਹੜਾ ਮਿਸ ਕਰਦਾ। ਗੁਰੂ ਮਿਹਰ ਕਰੇ ਜੀ। ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿਸੰਗ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ
ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋਰ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ, ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਉਹ ਵੀ ਡਿਟੇਲ ਚੱਲ ਰਹੀ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ 2 ਤੇਰੀਆਂ ਦੀ 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ 2 ਤੇਰੀਆਂ 50 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ, ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ
ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰੱਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ। ਉਹ ਵੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹੇ ਉਹ ਡਿਟੇਲ ਵੀ ਤੁਹਾਡੇ TV ਸਕਰੀਨ ਦੇ ਉੱਤੇ ਆ ਰਹੀ। ਤੁਸੀਂ ਸਕਰੀਨਸ਼ੋਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150-99513-98150-89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿਸੰਗ ਜੀ। ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ, ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ, ਆਈ ਸੀ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ, ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ, ਪ੍ਰੇਰਣਾਦਾਇਕ ਅਨਮੋਲ ਬਚਨ। ਔਰ ਚੌਥੀ ਕਿਤਾਬ, ਕੁਦਰਤ ਕੇ ਸਭ ਬੰਦੇ। ਇਹ ਚਾਰ ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ। ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ, ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜਾਵੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜਾਵੇ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ ਆਪਣੇ ਘਰ ਹੋਏਗਾ, ਰਾਜ਼ੀ ਰਹੋ, ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਏ, ਗੁਰੂ ਨਾਨਕ ਏ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਏ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇੰਨਾ ਸੰਗਤਾਂ ਨੇ ਲਾਭ ਲਿਆ, ਇਹ ਜਿਹੜਾ ਪ੍ਰੇਰਣਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ, ਚਾਰ ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ,
ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98704 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।